ਮੁੱਖ ਮੰਤਵ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਵੀ ਪੰਜਾਬ ਦੀ ਜਿਹੜੀ ਜਵਾਨੀ ਆ ਉਹਦਾ ਘਾਣ ਹੋ ਰਿਹਾ, ਵਾਤਾਵਰਨ ਦਾ ਘਾਣ ਹੋ ਰਿਹਾ, ਤਾਂ ਇਹ ਇੱਕ ਉਹਦੇ ਲਈ ਇੱਕ ਕੋਸ਼ਿਸ਼ ਹੈ, ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ 'ਚ ਪਲੇਗਰਾਊਂਡ ਜ਼ਰੂਰ ਹੈਗੇ, ਖੇਡ ਦੇ ਮੈਦਾਨ ਤਾਂ ਹੈਗੇ ਆ, ਉੱਥੇ ਫੈਸਿਲਿਟੀਆਂ ਨਹੀਂ ਹੈਗੀ, ਉੱਥੇ ਖੂਬਸੂਰਤੀ ਨਹੀਂ ਹੈਗੀ। ਅੱਜ ਸਾਡੇ ਜਿਹੜੇ ਹੈਗੇ ਆ ਛੋਟੇ ਜਿਹੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਦੇ ਲਈ ਸ਼ੁੱਧ ਹਵਾ ਚਾਹੀਦੀ ਆ, ਉਹਨੂੰ ਮਾਹੌਲ ਚਾਹੀਦਾ। ਸੋ ਅਸੀਂ ਜਿਹੜੇ ਹੈਗੇ ਆ ਘਰਾਂ 'ਚ ਬੰਦ ਰਹਿ ਕੇ ਜਿਹੜਾ ਹੈਗਾ ਬਿਮਾਰੀਆਂ 'ਚ ਜਕੜੇ ਜਾ ਰਹੇ ਹਾਂ। ਸੋ ਇਹਦਾ ਇਸ ਸਟੇਡੀਅਮ ਬਣਾਉਣ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਯੰਗ ਯੂਥ ਆ, ਜਿਹੜੇ ਸਪੋਰਟਸ ਖੇਡਾਂ 'ਚ ਖੇਡ ਸਕਦੇ ਆ, ਕਬੱਡੀ ਖੇਡ ਸਕਦੇ ਆ, ਬਾਸਕਟਬਾਲ ਖੇਡ ਸਕਦੇ ਆ, ਜਿਹੜੇ ਹੈਗੇ ਆ ਰੇਸਾਂ 'ਚ ਹਿੱਸਾ ਲੈ ਸਕਦੇ ਆ, ਉਹਨਾਂ ਦੇ ਲਈ ਇਹ ਪਲੇਗਰਾਊਂਡ ਵੀ ਹੈ। ਔਰ ਜਿਹੜੇ ਜ਼ਿਆਦਾ ਉਮਰ ਦੇ ਬਜ਼ੁਰਗ ਨੇ ਜਾਂ ਛੋਟੇ ਬੱਚੇ ਨੇ ਜਾਂ ਮਾਤਾਵਾਂ ਨੇ ਪਿੰਡ ਦੀਆਂ ਜਿਨ੍ਹਾਂ ਨੇ ਸੈਰ ਕਰਨੀ ਆ, ਇਹਦੇ ਵਿੱਚ ਉਹ ਸਾਰੀਆਂ ਪ੍ਰੋਵੀਜ਼ਨ ਰੱਖੀਆਂ ਹੋਈਆਂ ਵੀ ਹਰੇਕ ਸਮਾਜ ਦਾ ਵਰਗ ਦਾ ਹਰੇਕ ਜਿਹੜਾ ਅੰਗ ਹੈ ਉਹ ਜਿਹੜਾ ਵੀ ਚਾਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹ ਇੱਥੇ ਸੈਰ ਕਰ ਸਕੇ, ਖੇਡਣ ਵਾਲਾ ਖੇਡ ਸਕੇ। ਅਤੇ ਜੇ ਸਾਡਾ ਸਿਹਤ ਠੀਕ ਹੋਊਗੀ ਤਾਂ ਹੀ ਜਿਹੜਾ ਸਾਡਾ ਆਲਾ ਦੁਆਲਾ ਜਿਹੜਾ ਹੈਗਾ ਉਹਦੇ 'ਚ ਅਸੀਂ ਯੋਗਦਾਨ ਪਾ ਸਕਾਂਗੇ, ਤਾਂ ਹੀ ਸਾਡਾ ਭਵਿੱਖ ਖੂਬਸੂਰਤ ਹੋਊਗਾ। ਕੀ ਸਹੂਲਤ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਜੀ? ਇੱਕ ਤਾਂ ਜਿੱਦਾਂ ਸਭ ਤੋਂ ਪਹਿਲੀ ਜਿਹੜੀ ਲੋੜ ਹੁੰਦੀ ਆ ਕਿ ਪਾਣੀ ਦੀ ਲੋੜ ਹੁੰਦੀ ਆ, ਜਿੱਦਾਂ ਸਾਨੂੰ ਵੀ ਅਸੀਂ ਪਾਣੀ ਬਿਨਾਂ ਨਹੀਂ ਰਹਿ ਸਕਦੇ, ਬੂਟੇ ਵੀ ਪਾਣੀ ਬਿਨਾਂ ਨਹੀਂ ਰਹਿ ਸਕਦੇ। ਸੋ ਐਡਾ ਵੱਡਾ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ 3-4 ਕਿੱਲਿਆਂ ਦਾ ਪਾਰਕ ਹੈ, ਅਤੇ ਇਹਦੇ 'ਚ ਸਾਰਾ ਅੰਡਰਗਰਾਊਂਡ ਜਿਹੜਾ ਹੈਗਾ ਸਿਸਟਮ ਪਾਣੀ ਦਾ ਲਾਇਆ ਗਿਆ, ਜਿਹਨੂੰ ਅਸੀਂ ਅੱਗੇ ਰੇਨ ਗਨ ਕਹਿੰਦੇ ਹਾਂ। ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਸਿਸਟਮ ਹੈਗਾ ਬੜਾ ਟੈਕਨੀਕਲ ਸਿਸਟਮ ਹੈ, ਅਤੇ ਉਹ ਇੱਕ ਬਟਨ ਦੇ ਔਨ ਹੋਣ ਨਾਲ ਸਾਰੇ ਜਿਹੜਾ ਹੈਗਾ ਉਹਨੇ ਰੇਨ ਗਨ ਨੇ ਪਾਣੀ ਲਾ ਦਿਆ। ਫਿਰ ਉਸ ਤੋਂ ਬਾਅਦ ਜਿਹੜਾ ਇਹਦੇ 'ਚ ਜਿੱਦਾਂ ਮੈਂ ਦੱਸਿਆ ਸੀ ਕਿ ਜਿੱਦਾਂ ਇਹ ਕਬੱਡੀ ਦਾ ਗਰਾਊਂਡ ਹੈ, ਉਹਦੇ 'ਚ ਫਿਰ ਇਹਦੇ 'ਚ ਅਸੀਂ ਕੰਕਰੀਟ ਦੇ ਕੰਮ ਬਹੁਤ ਘੱਟ ਰੱਖੇ ਆ, ਵੀ ਨਹੀਂ ਤਾਂ ਜ਼ਿਆਦਾਤਰ ਜਦੋਂ ਵੀ ਕਿਤੇ ਕੋਈ ਵੀ ਖੇਡ ਮੇਲੇ ਹੁੰਦੇ ਆ ਤਾਂ ਉਹਦੇ 'ਚ ਜਾਂ ਤਾਂ ਲੋਹੇ ਦੇ ਲਿਆ ਕੇ ਸਟਰਕਚਰ ਰੱਖੇ ਜਾਂਦੇ ਆ ਜਾਂ ਲੋਕ ਪੱਕੀਆਂ ਪੌੜੀਆਂ ਬਣਾ ਲੈਂਦੇ ਆ। ਅਤੇ ਆਪਾਂ ਇਹਦੇ ਵਿੱਚ ਆਪਾਂ ਖਾਸ ਤੌਰ 'ਤੇ ਡਿਜ਼ਾਇਨ ਕੀਤਾ, ਜਿਵੇਂ ਹੁਣ ਕਬੱਡੀ ਦੇ ਗਰਾਊਂਡ ਦੇ ਆਸੇ ਪਾਸੇ ਆ, ਅਸੀਂ ਮਿੱਟੀ ਦੀਆਂ ਪਹਾੜੀਆਂ ਬਣਾਤੀਆਂ ਜਿਹਦੇ 'ਤੇ ਘਾਹ ਲੱਗ ਜਾਣਾ, ਗ੍ਰੀਨ ਦਾ ਗ੍ਰੀਨ ਰਹਿ ਜਾਣਾ, ਅਤੇ ਜਿਹੜੇ ਜਿਹੜਾ ਸਾਡਾ ਪਰਪਜ ਆ ਬੈਠ ਕੇ ਵੇਖਣ ਵਾਲਾ ਖੇਡਾਂ ਵੇਖਣ ਵਾਲਾ ਉਹ ਵੀ ਸੋਲਵ ਹੋ ਜਾਏ। ਸ਼ੁਰੂਆਤ ਅੱਜ ਕਿਸ ਤਰ੍ਹਾਂ ਕਰੀਏ? ਇਹ ਸ਼ੁਰੂਆਤ ਅੱਜ ਬਸ ਜਿਹੜਾ ਹੁਣ ਮੌਸਮ ਜਿਹੜਾ ਖੁੱਲ੍ਹ ਚੁੱਕਿਆ ਅਤੇ ਜਿਹੜੇ ਪੌਦੇ ਲੱਗਣ ਦਾ ਜਿਹੜਾ ਢੁੱਕਵਾਂ ਸਮਾਂ ਆ ਚੁੱਕਿਆ, ਅਤੇ ਇਹ ਪਲਾਂਟਸ ਜਿਹੜੇ ਖਾਸ ਤੌਰ 'ਤੇ ਜਿਹੜਾ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ ਕਿ ਇਸ ਕਾਰਜ ਦੇ ਵਿੱਚ ਜਿਹੜਾ ਸੰਤ ਬਾਬਾ ਗੁਰਮੀਤ ਸਿੰਘ ਜੀ, ਅੱਜ ਉਹਨਾਂ ਨੂੰ ਕਿਤੇ ਜਾਣਾ ਪੈ ਗਿਆ, ਇਹ ਉਹਨਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਸਾਰੀਆਂ ਕੜੀਆਂ ਜੋੜੀਆਂ, ਉਹਨਾਂ ਨੇ ਮੈਨੂੰ ਲੱਭ ਕੇ ਲਿਆਂਦਾ ਕਿ ਇੱਥੇ ਆਪਾਂ ਇੱਕ ਅਜਿਹੋ ਜਿਹਾ ਪਾਰਕ ਬਣਾਈਏ ਕਿ ਜਿਹਨੂੰ ਲੋਕ ਦੇਖਣ। ਮੀਡੀਆ ਰਾਹੀਂ ਸੁਨੇਹਾ ਦੇਣਾ ਚਾਹੁੰਦਾ ਕਿ ਅਸੀਂ ਸਿਰਫ ਘਾਹ ਦੇ ਮੈਦਾਨ ਨਾ ਬਣਾਈਏ, ਅਸੀਂ ਜਿਹੜੇ ਸਾਰੇ ਹਰ ਪਿੰਡ ਦੇ ਵਿੱਚ ਇੱਦਾਂ ਦੇ ਜਿਹੜੇ ਹੈਗੇ ਆ ਪਾਰਕ ਦੀ ਲੋੜ ਆ, ਜਿਹੜਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੂੰ ਕੇਟਰ ਕਰੇ, ਸਾਰਿਆਂ ਦੇ ਲਈ ਉੱਥੇ ਸਹੂਲਤਾਂ ਹੋਣ। ਫਿਰ ਇਹਦੇ 'ਚ ਇੱਕ ਜਿਹੜਾ ਹੋਰ ਖਾਸ ਚੀਜ਼ ਜਿਹੜੀ ਮੈਂ ਭੁੱਲ ਗਿਆ ਸੀ ਕਿ ਅਸੀਂ ਇੱਕ ਪਾਸੇ ਜਿਹੜਾ ਓਪਨ ਜਿੰਮ ਵੀ ਰੱਖਿਆ, ਮਤਲਬ ਸਿਹਤ ਨਾਲ ਸੰਬੰਧਿਤ ਚਾਹੇ ਜਵਾਨ ਭੱਜਣਾ ਚਾਹੁੰਦਾ, ਜੇ ਉਹਦੇ 'ਚ ਇੱਕ ਜਗ੍ਹਾ ਹੱਟ ਬਾਨੀ ਆ, ਜੇ ਕਿਸੇ ਨੇ ਆਰਾਮ ਕਰਨਾ, ਜੇ ਵੱਡੀ ਉਮਰੇ ਬਜ਼ੁਰਗ ਪਹਿਲਾਂ ਸੱਥਾਂ 'ਚ ਬੈਠੇ ਬਹਿੰਦੇ ਸੀ, ਤਾਂ ਸੇਮ ਕੰਮ ਜਿਹੜਾ ਹੈਗਾ ਇੱਥੇ ਬੈਠਣ ਨੂੰ ਸਹੂਲਤਾਂ ਵੀ ਹੈ, ਭੱਜਣ ਨੂੰ ਗਰਾਊਂਡ ਵੀ ਹੈ, ਹਰ ਚੀਜ਼ ਦਾ ਜਿਹੜਾ ਹੈਗਾ ਇੱਥੇ ਪ੍ਰਬੰਧ ਹੈ।